संत प्रेम माझा दीजा देवा देव। संत प्रेम, संत दा जिहड़ा प्रेम है ओहदे विच ही है सब कुछ जिहड़ा देणा है। संत प्रेम माझा दीजा देवा देव, संत दे प्रेम विच परमेश्वर है। ਜਦ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਬਸ ਪ੍ਰਭ ਉਹਦੇ ਪ੍ਰੇਮ ਚ ਹੈ। ਜੋ ਪ੍ਰੇਮ ਚ ਹੈ ਜੋ ਪ੍ਰਾਪਤੀ ਹੈ ਹੋਰ ਕੁਛ ਨਹੀਂ ਹੈ। ਉਹਨਾਂ ਨੇ ਕੀ ਦੇਣ, ਦੀਜੇ ਦੇਵਾ ਦੇਵ ਦਿੱਤਾ ਕੀ ਹੁੰਦਾ ਉਹ, ਉਹ ਪ੍ਰੇਮ ਦੀ ਇੱਕ ਤੁਹਾਨੂੰ ਭੁੱਖ ਲਾ ਦਿੱਤੀ, ਪ੍ਰੇਮ ਦੀ ਇੱਛਾ ਪ੍ਰਗਟ ਪੈਦਾ ਕਰਤੀ। ਜੇ ਤਾਂ ਵਧਾ ਲਿਆ ਕਿਸੇ ਨੇ, ਦੇਖੋ ਨਾ ਕੋਈ ਕਿਸੇ ਨੂੰ ਇੰਨੇ ਕੁ ਦਾਣੇ ਦੇ ਦਿੱਤੇ, ਉਹਨੇ ਗਾਹ ਬੀਜ ਕੇ ਵਧਾ ਲਏ, ਇੱਕ ਦਾਣੇ ਤੋਂ ਵੀ ਵੱਧ ਜਾਂਦੇ ਨੇ। ਉਹ ਤਾਂ ਫਿਰ ਉਹਦੀ ਹੈ ਜਿੰਨੀ ਖੇਤੀ ਉਹਨੇ ਆਪਣੀ ਕਰ ਲਈ। ਜੇ ਤਾਂ ਉਹਨੂੰ ਲਗਨ ਲੱਗ ਗਈ ਪ੍ਰੇਮ ਦੀ, ਫਿਰ ਤਾਂ ਆਪੇ ਵੱਧਦਾ ਰਹੂਗਾ। ਇਹ ਪ੍ਰਾਪਤੀ ਔਰ ਕੁਛ ਨਹੀਂ, ਪ੍ਰਾਪਤੀ ਔਰ ਕੁਛ ਨਹੀਂ ਹੁੰਦੀ ਦੂਏ ਤੋਂ। ਗਿਆਨ ਜਿਹੜਾ ਹੈਗਾ ਉਹਦੀ ਪ੍ਰਾਪਤੀ ਨਹੀਂ, ਇਹ ਵੀ ਗੱਲ ਹੈ। ਵੈਦ ਗਿਆਨ ਦੀ ਪ੍ਰਾਪਤੀ ਨੂੰ ਪ੍ਰਾਪਤੀ ਨਹੀਂ ਬੰਦਾ, ਕੋਈ ਪ੍ਰੈਕਟੀਕਲ ਆ ਕੇ ਪ੍ਰੇਮ ਦੇ ਆਉਣੀ ਹੈ ਗੱਲ। ਗਿਆਨ ਤੋਂ ਜੇ ਪ੍ਰੇਮ ਨਹੀਂ ਪੈਦਾ ਹੋਇਆ ਤਾਂ ਗਿਆਨ ਉਹ ਭੁੱਖ ਜਾਂਦੀ ਹੈ। ਜੇ ਗੁਰਬਾਣੀ ਦੇ ਗਿਆਨ ਤੋਂ ਪ੍ਰੇਮ ਪੈਦਾ ਨਹੀਂ ਹੋਇਆ ਫਿਰ ਭੁੱਖਿਆ ਨਹੀਂ ਰਹਿ ਗਿਆ, ਭੁੱਖ ਗਿਆਨੀ ਧਰਵੰਤ। ਪ੍ਰੇਮ ਦੇ ਵਿੱਚ ਜੇ ਗਿਆਨ ਬਦਲ ਗਿਆ ਫਿਰ ਫਲ ਹੈ, ਫਲ ਪ੍ਰੇਮ ਦਾ ਹੀ ਹੈ। ਉਹ ਗਿਆਨ ਨੂੰ ਵੀ ਫਲ ਕਹਿੰਦੇ ਨੇ, ਪ੍ਰਾਪਤੀ ਅਸਲ ਚ ਪ੍ਰੇਮ ਦੇ ਵਿੱਚ ਹੈ।